words wala puss. Puss in boots. Ek dur desh vich rehnda si ek milda malak apne tin putran naal. Chhota putr Marcus onu sab to pyara si. Par jad milda malak guzar gaya ta oh mil apne vadde putr de hawale kar gaya. Dujje putr nu ditta khota te puss na di billi chhote putr nu de gaya. ਵੱਡਾ ਪੁੱਤਰ ਇਸ ਗੱਲ ਤੋਂ ਹੱਸਿਆ ਤੇ ਮਾਰਕਸ ਨੂੰ ਉਹਦੇ ਹਾਲ ਤੇ ਛੱਡ ਦਿੱਤਾ। ਮਾਰਕਸ ਉਦਾਸ ਹੋ ਗਿਆ ਤੇ ਸੋਚਣ ਲੱਗਾ ਕਿ ਉਹਦੇ ਪਿਤਾ ਨੇ ਉਹਨੂੰ ਸਿਰਫ ਇੱਕ ਬਿੱਲੀ ਕਿਉਂ ਦਿੱਤੀ। ਓ ਪੁੱਸ, ਤੇਰਾ ਹੁਣ ਮੈਂ ਕੀ ਕਰਾਂ? ਮੇਰਾ ਤਾਂ ਆਪਣਾ ਗੁਜ਼ਾਰਾ ਬੜਾ ਮੁਸ਼ਕਿਲ ਹੋ ਰਿਹਾ। ਨਾ ਤਾਂ ਮੇਰੇ ਕੋਲ ਮਿਲ ਹੈ ਤੇ ਨਾ ਹੀ ਖੋਤਾ, ਮੈਂ ਗੁਜ਼ਾਰਾ ਕਿਦਾਂ ਕਰਾਂਗਾ? ਉਦੋਂ ਹੀ ਕੁਝ ਜਾਦੂ ਹੀ ਹੋਇਆ ਜਿਸ ਨਾਲ ਮਾਰਕਸ ਹੈਰਾਨ ਹੋ ਗਿਆ। ਫਿਕਰ ਨਾ ਕਰੋ ਉਸਤਾਦ, ਮੈਂ ਤੁਹਾਡੀ ਮਦਦ ਕਰਾਂਗਾ। ਪੁੱਸ, ਤੂੰ ਗੱਲ ਕਰ ਸਕਦਾ ਹੈ? ਬਿੱਲੀ ਮੇਰੇ ਨਾਲ ਗੱਲ ਕਰ ਰਹੀ ਹੈ। ਓ, ਮੈਂ ਤੇ ਬਹੁਤ ਕੁਝ ਕਰ ਸਕਦਾ ਉਸਤਾਦ, ਮੈਨੂੰ ਬਸ ਇੱਕ ਥੈਲਾ ਤੇ ਇੱਕ ਜੋੜੀ ਬੂਟਸ ਦੇ ਦਿਓ ਤਾਂ ਮੈਂ ਵਖਾਨਾ ਕਿ ਮੈਂ ਕੀ ਕਰ ਸਕਦਾ। ਮਾਰਕਸ ਹਾਲੇ ਵੀ ਹੈਰਾਨ ਸੀ। ਉਹ ਸੋਚਣ ਲੱਗਾ ਕਿ ਉਹ ਥੈਲੇ ਤੇ ਬੂਟ ਦਾ ਇੰਤਜ਼ਾਮ ਕਿਵੇਂ ਕਰੇਗਾ, ਪਰ ਬਿੱਲੀ ਨੂੰ ਕੁਝ ਕਰਦਿਆਂ ਵੇਖ ਕੇ ਉਹਦੀ ਹਿੰਮਤ ਬੰਦ ਗਈ। ਠੀਕ ਹੈ ਬੁੱਸ, ਮੈਂ ਤੈਨੂੰ ਇੱਕ ਥੈਲਾ ਤੇ ਇੱਕ ਜੋੜੀ ਬੂਟਸ ਲਿਆ ਕੇ ਦਿਆਂਗਾ, ਵੇਖਦੇ ਹਾਂ ਕਿ ਤੂੰ ਕੀ ਕਰ ਸਕਦਾ। ਮਾਰਕਸ ਆਪਣੇ ਥੋੜੇ ਜਿਹੇ ਪੈਸੇ ਲੈ ਕੇ ਜੁੱਤੇ ਬਣਾਉਣ ਵਾਲੇ ਕੋਲ ਗਿਆ। ਜੁੱਤੇ ਬਣਾਉਣ ਵਾਲਾ ਅਜੀਬ ਜਿਹੀ ਮੰਗ ਸੁਣ ਕੇ ਹੈਰਾਨ ਹੋ ਗਿਆ। ਤੇਰੀ ਬਿੱਲੀ ਲਈ ਬੂਟਸ? ਤੈਨੂੰ ਪੱਕਾ ਯਕੀਨ ਹੈ? ਹਾਂਜੀ, ਬੇਸ਼ੱਕ। ਪੁੱਸ ਨੂੰ ਛੇਤੀ ਹੀ ਆਪਣੇ ਬੂਟਸ ਮਿਲ ਗਏ ਤੇ ਇੱਕ ਵੱਡਾ ਥੈਲਾ ਵੀ। ਠੀਕ ਹੈ ਪੁੱਸ, ਜੋ ਤੂੰ ਮੰਗਿਆ ਸੀ ਮੈਂ ਤੈਨੂੰ ਦਿਲਵਾ ਦਿੱਤਾ, ਹੁਣ ਤੂੰ ਕੀ ਕਰੇਂਗਾ? ਪਹਿਲਾਂ ਤਾਂ ਮੈਂ ਸਾਡੇ ਲਈ ਖਾਣਾ ਲੈ ਕੇ ਆਵਾਂਗਾ। ਪੁੱਸ ਇੱਕ ਅਜਿਹੀ ਥਾਂ ਤੇ ਗਿਆ ਜਿੱਥੇ ਉਹਨੂੰ ਪਤਾ ਸੀ ਕਿ ਉਹ ਖਰਗੋਸ਼ ਫੜ ਸਕਦਾ ਹੈ। ਉਹਨੇ ਕੁਝ ਗਾਜਰਾਂ ਥੈਲੇ ਵਿੱਚ ਪਾ ਕੇ ਉਹਨੂੰ ਖੁੱਲਾ ਛੱਡ ਦਿੱਤਾ। ਉਹ ਪੇੜ ਦੇ ਪਿੱਛੇ ਜਾ ਕੇ ਇੰਤਜ਼ਾਰ ਕਰਨ ਲੱਗਾ। ਛੇਤੀ ਹੀ ਕੁਝ ਖਰਗੋਸ਼ ਥੈਲੇ ਵਿੱਚ ਗਾਜਰਾਂ ਨੂੰ ਵੇਖ ਕੇ ਉੱਥੇ ਆ ਗਏ ਤੇ ਉਹਨਾਂ ਨੂੰ ਖਾਣ ਲੱਗੇ। ਉਹ ਛੇਤੀ ਪੇੜ ਦੇ ਪਿੱਛੋਂ ਨਿਕਲਿਆ ਤੇ ਥੈਲੇ ਨੂੰ ਬੰਦ ਕਰ ਦਿੱਤਾ। ਫੜ ਲਿਆ, ਉਹ ਖਰਗੋਸ਼ ਫੜ ਕੇ ਮਾਰਕਸ ਕੋਲ ਲੈ ਗਿਆ। ਇਹ ਹੈ ਸਾਡਾ ਖਾਣਾ। ਉਸ, ਤੂੰ ਖਰਗੋਸ਼ ਲੈ ਕੇ ਆਇਆ, ਬਹੁਤ ਵਧੀਆ। ਉਹਨਾਂ ਨੇ ਪੇਟ ਭਰ ਕੇ ਖਾਣਾ ਖਾਦਾ ਤੇ ਇੰਨਾ ਖਾਣਾ ਬਚ ਗਿਆ ਕਿ ਅਗਲੇ ਦਿਨ ਲਈ ਵੀ ਕਾਫੀ ਸੀ। ਪਰ ਅਗਲੇ ਦਿਨ ਪੁੱਸ ਨੇ ਆਰਾਮ ਨਹੀਂ ਕੀਤਾ। ਉਹ ਫੇਰ ਬਾਹਰ ਗਿਆ ਤੇ ਉਹਨੇ ਹੋਰ ਖਰਗੋਸ਼ ਫੜੇ ਆਪਣੀ ਉਸੇ ਤਰਕੀਬ ਦੇ ਨਾਲ। ਵਾਪਸੀ ਤੇ ਉਹਨੇ ਸੋਚਿਆ ਕਿ ਉਹ ਰਾਜਾ ਦੇ ਕਿਲੇ ਵਿੱਚ ਜਾਏਗਾ। ਕਿਲੇ ਦੇ ਪਹਿਰੇਦਾਰਾਂ ਨੇ ਉਹਦਾ ਰਾਸਤਾ ਰੋਕ ਦਿੱਤਾ। ਮੈਨੂੰ ਅੰਦਰ ਜਾਣ ਦਿਓ, ਮੈਂ ਰਾਜਾ ਲਈ ਤੋਹਫੇ ਲੈ ਕੇ ਆਇਆ। ਜਦ ਉਹਨਾਂ ਨੂੰ ਪਤਾ ਚੱਲੇਗਾ ਕਿ ਤੁਸੀਂ ਮੈਨੂੰ ਰੋਕਿਆ ਤੇ ਉਹ ਖੁਸ਼ ਨਹੀਂ ਹੋਣਗੇ। ਇੱਕ ਬਿੱਲੀ ਜਿਹਨੇ ਬੂਟਸ ਪਾਏ ਨੇ ਤੇ ਜਿਹੜੀ ਗੱਲ ਕਰ ਸਕਦੀ ਹੈ। ਮਹਾਰਾਜ ਨੂੰ ਇਹਨੂੰ ਪੱਕਾ ਵੇਖਣਾ ਹੀ ਚਾਹੀਦਾ ਹੈ, ਇਹਨੂੰ ਜਾਣ ਦਿਓ। ਪਹਿਰੇਦਾਰਾਂ ਨੇ ਉਸ ਨੂੰ ਕਿਲੇ ਦੇ ਅੰਦਰ ਜਾਣ ਦਿੱਤਾ। ਉਹ ਅੰਦਰ ਰਾਜਾ, ਰਾਣੀ ਤੇ ਰਾਜਕੁਮਾਰੀ ਨਾਲ ਮਿਲਿਆ ਤੇ ਉਹਨਾਂ ਨੂੰ ਅਜੂਬਾ ਦਿਖਾਉਣ ਦੀ ਇਜਾਜ਼ਤ ਮੰਗੀ। ਮਹਾਰਾਜ, ਮੇਰਾ ਨਾਮ ਪੁੱਸ ਹੈ, ਮੈਂ ਕੈਰਾਬਾਸ ਦੇ ਉਸਤਾਦ ਮਾਰਕਸ ਦਾ ਬਿੱਲਾ ਹਾਂ। ਉਹ ਤੁਹਾਨੂੰ ਇਹ ਖਰਗੋਸ਼ ਪੇਸ਼ ਕਰਕੇ ਤੁਹਾਡਾ ਸਨਮਾਨ ਕਰਨਾ ਚਾਹੁੰਦੇ ਨੇ। ਤੋਹਫਾ ਕਬੂਲ ਕਰੋ ਮਹਾਰਾਜ। ਓ, ਇਹ ਬਿੱਲੀ ਤਾਂ ਬਹੁਤ ਵਧੀਆ ਹੈ, ਤੁਸੀਂ ਇਹਨੂੰ ਇੱਥੇ ਵੇਖ ਕੇ ਖੁਸ਼ ਨਹੀਂ ਹੋਏ? ਆਪਣੇ ਉਸਤਾਦ ਨੂੰ ਜਾ ਕੇ ਕਹਿ ਦੇ ਕਿ ਅਸੀਂ ਉਹਦੇ ਤੋਹਫੇ ਪਾ ਕੇ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਬਹੁਤ ਬਹੁਤ ਸ਼ੁਕਰੀਆ ਮਹਾਰਾਜ। ਰਾਜਕੁਮਾਰੀ ਇੱਕ ਬਿੱਲੀ ਨੂੰ ਬੂਟਸ ਪਾਏ ਵੇਖ ਕੇ ਕਾਫੀ ਹੈਰਾਨ ਹੋਈ। ਅਸੀਂ ਤੈਨੂੰ ਬੁਲਾਵਾਂਗੇ ਬੂਟ ਵਾਲਾ ਪੁੱਸ। ਫ੍ਰੈਗੋ, ਧਿਆਨ ਰਹੇ ਕਿ ਇੱਥੋਂ ਚੰਗੀ ਤਰ੍ਹਾਂ ਰਚ ਕੇ ਜਾਵੇ, ਇਹਨੂੰ ਵਧੀਆ ਮਲਾਈ ਵਾਲਾ ਦੁੱਧ ਦਿਓ। ਰਾਜਾ ਦੇ ਸੇਵਕ ਫ੍ਰੈਗੋ ਨੇ ਉਹੀ ਕੀਤਾ ਜੋ ਉਹਨੂੰ ਕਰਨ ਲਈ ਹੁਕਮ ਮਿਲਿਆ ਸੀ ਤੇ ਪੁੱਸ ਨੇ ਬੜੇ ਚਾਵ ਨਾਲ ਸਾਰੀ ਮਲਾਈ ਖਾ ਲਈ ਤੇ ਕਿਲੇ ਤੋਂ ਚਲਾ ਗਿਆ। ਪੁੱਸ ਵਾਪਸ ਮਾਰਕਸ ਕੋਲ ਪਹੁੰਚਿਆ ਤੇ ਜੋ ਕੁਝ ਹੋਇਆ ਸੀ ਸਭ ਕੁਝ ਉਹਨੂੰ ਦੱਸਿਆ। ਮੇਰਾ ਪਿਆਰਾ ਪੁੱਸ, ਤੂੰ ਅੱਜ ਸ਼ਾਹੀ ਪਰਿਵਾਰ ਨਾਲ ਮਿਲਿਆ, ਮੈਨੂੰ ਇਹ ਦੱਸ ਕਿ ਰਾਜਕੁਮਾਰੀ ਕਿੱਦਾਂ ਦੀ ਹੈ? ਉਹ ਤਾਂ ਬਹੁਤ ਖੂਬਸੂਰਤ ਹੈ ਤੇ ਉਹਨੇ ਮੈਨੂੰ ਖਾਣ ਲਈ ਦੁੱਧ ਤੇ ਮਲਾਈ ਦਿੱਤੀ। ਆਵਾਜ਼ ਪਿਆਰੀ ਹੈ ਤੇ ਉਹਦਾ ਦਿਲ ਵੀ। ਤੂੰ ਉਹਦੇ ਨਾਲ ਵਿਆਹ ਕਰ ਲੈ। ਉਹਦੇ ਨਾਲ ਵਿਆਹ? ਮੈਂ ਤੇਰਾ ਉਸਤਾਦ ਜ਼ਰੂਰ ਹਾਂ, ਪਰ ਮੈਂ ਕੋਈ ਰਾਜਕੁਮਾਰ ਨਹੀਂ। ਜਿਹਦੇ ਕੋਲ ਵੱਡਾ ਮਹਿਲ ਹੋਵੇਗਾ ਉਹੀ ਉਹਦੇ ਨਾਲ ਵਿਆਹ ਕਰਾਏਗਾ। ਉਸਨੇ ਇੱਕ ਵੀ ਸ਼ਬਦ ਨਹੀਂ ਕਿਹਾ, ਪਰ ਉਹ ਰੋਜ਼ ਮਹਿਲ ਵਿੱਚ ਜਾਂਦਾ ਤੇ ਰਾਜਾ ਨੂੰ ਇੱਕ ਜਾਂ ਦੋ ਖਰਗੋਸ਼ ਤੋਹਫੇ ਦੇ ਰੂਪ ਵਿੱਚ ਦੇ ਆਂਦਾ। ਛੇਤੀ ਬੂਟ ਵਾਲੇ ਪੁੱਸ ਦੇ ਕਿੱਸੇ ਮਸ਼ਹੂਰ ਹੋਣ ਲੱਗ ਪਏ। ਇੱਕ ਜਾਦੂਈ ਬਿੱਲੀ ਜਿਹੜੀ ਆਪਣੇ ਉਸਤਾਦ ਲਈ ਸ਼ਿਕਾਰ ਕਰਦੀ ਹੈ ਤੇ ਰਾਜਾ ਨੂੰ ਤੋਹਫੇ ਦਿੰਦੀ ਹੈ। ਉੱਥੋਂ ਥੋੜੀ ਹੀ ਦੂਰ ਇੱਕ ਵਿਸ਼ਾਲ ਮਹਿਲ ਵਿੱਚ ਇੱਕ ਰਾਕਸ਼ਸ ਰਹਿੰਦਾ ਸੀ ਤੇ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਸੀ। ਉਹਦੇ ਰਸਤੇ ਵਿੱਚ ਕੋਈ ਨਹੀਂ ਆ ਸਕਦਾ ਸੀ ਤੇ ਜਿਹੜਾ ਵੀ ਆਂਦਾ ਸੀ ਉਹ ਉਹਨੂੰ ਖਾ ਜਾਂਦਾ ਸੀ। ਪਰ ਪੁੱਸ ਇੰਨਾ ਬਹਾਦੁਰ ਸੀ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਸੀ। ਉਹ ਉਹਦੇ ਮਹਿਲ ਪਹੁੰਚ ਗਿਆ। ਜਦ ਰਾਕਸ਼ਸ ਨੇ ਦਰਵਾਜ਼ਾ ਖੋਲਿਆ ਤਾਂ ਇੱਕ ਬਿੱਲੀ ਨੂੰ ਬੂਟ ਪਾਇਆ ਵੇਖ ਕੇ ਉਹਨੂੰ ਬਹੁਤ ਹੱਸੀ ਆਈ।
ਇਹ ਮੈਂ ਕੀ ਵੇਖ ਰਿਹਾ, ਬਿੱਲੀ ਨੇ ਬੂਟ ਪਾ ਰੱਖੇ ਨੇ ਤੇ ਬਿੱਲੀ ਬੋਲਦੀ ਵੀ ਹੈ, ਸਮਝਿਆ? ਓ ਬੋਲਦੀ ਵੀ ਹੈ, ਠਹਿਰ ਜਾ, ਤੂੰ ਜ਼ਰੂਰ ਬੂਟ ਵਾਲਾ ਪੁੱਸ ਹੋਏਗਾ ਜਿਹਦੇ ਚਰਚੇ ਹਰ ਜਗ੍ਹਾ ਤੇ ਨੇ, ਤੇ ਤੁਸੀਂ ਜ਼ਰੂਰ ਉਹ ਸ਼ਕਤੀਸ਼ਾਲੀ ਰਾਕਸ਼ਸ ਹੋਵੋਗੇ ਜਿਸਦੇ ਕਿੱਸੇ ਮਸ਼ਹੂਰ ਨੇ, ਹਰ ਕੋਈ ਤੁਹਾਡੇ ਤੋਂ ਡਰਦਾ ਹੈ। ਰਾਕਸ਼ਸ ਆਪਣੀ ਤਾਰੀਫ ਸੁਣ ਕੇ ਖੁਸ਼ ਹੋ ਗਿਆ। ਤੂੰ ਖੁਸ਼ਕਿਸਮਤ ਹੈ ਕਿ ਮੈਂ ਤੈਨੂੰ ਨਹੀਂ ਖਾਦਾ, ਆ ਅੰਦਰ ਆਵਾ। ਉਸ ਮਹਿਲ ਦੇ ਅੰਦਰ ਚਲਾ ਗਿਆ ਤੇ ਰਾਕਸ਼ਸ ਨੂੰ ਜਦ ਆਣ ਦੀ ਵਜ੍ਹਾ ਦੱਸੀ ਤਾਂ ਉਹ ਹੈਰਾਨ ਹੋ ਗਿਆ। ਤੂੰ ਇੱਥੇ ਕਿਉਂ ਆਇਆ ਹੈ? ਮੈਂ ਤੁਹਾਡੀ ਜਾਦੂ ਸ਼ਕਤੀਆਂ ਵੇਖਣਾ ਚਾਹੁੰਦਾ ਹਾਂ। ਸੁਣਿਆ ਹੈ ਤੁਸੀਂ ਕਿਸੇ ਵੀ ਜਾਨਵਰ ਦਾ ਪੇਸ਼ ਬਣਾ ਸਕਦੇ ਹੋ, ਕੀ ਇਹ ਸੱਚ ਹੈ? ਇਹ ਗੱਲ ਪੂਰੀ ਤਰ੍ਹਾਂ ਸੱਚ ਹੈ। ਕੀ ਤੁਸੀਂ ਦਿਖਾ ਸਕਦੇ ਹੋ? ਮੈਂ ਉਹ ਵੇਖਣਾ ਚਾਹੁੰਦਾ। ਰਾਕਸ਼ਸ ਇੱਕ ਵਿਸ਼ਾਲ ਤੇ ਸ਼ਕਤੀਸ਼ਾਲੀ ਸ਼ੇਰ ਵਿੱਚ ਬਦਲ ਗਿਆ। ਉਹ ਪੁੱਸ ਤੇ ਦਹਾੜਿਆ, ਇਸ ਨਾਲ ਉਹ ਵਿਚਾਰਾ ਡਰ ਗਿਆ। ਠੀਕ ਹੈ, ਮੈਨੂੰ ਯਕੀਨ ਹੋ ਗਿਆ, ਤੁਸੀਂ ਆਪਣੇ ਅਸਲੀ ਰੂਪ ਵਿੱਚ ਆ ਜਾਓ। ਹੁਣ ਤੈਨੂੰ ਮੇਰੇ ਤੇ ਯਕੀਨ ਆਇਆ? ਹਾਂ, ਯਕੀਨ ਤੇ ਆ ਗਿਆ, ਪਰ ਕੀ? ਪਰ ਮੈਨੂੰ ਇਹ ਦੱਸੋ ਕਿ ਤੁਸੀਂ ਛੋਟਾ ਜਾਨਵਰ ਬਣ ਸਕਦੇ ਹੋ? ਤੁਸੀਂ ਤਾਂ ਬਹੁਤ ਵੱਡੇ ਹੋ। ਮੈਂ ਤੇ ਕੋਈ ਵੀ ਰੂਪ ਲੈ ਸਕਦਾ ਹਾਂ, ਹੁਣੇ ਦਿਖਾਨਾ। ਤਦ ਹੀ ਉਹ ਇੱਕ ਛੋਟੇ ਜਿਹੇ ਚੂਹੇ ਦੇ ਰੂਪ ਵਿੱਚ ਬਦਲ ਗਿਆ। ਉਸ ਨੂੰ ਐਸੀ ਪਲ ਦਾ ਇੰਤਜ਼ਾਰ ਸੀ, ਉਹਨੇ ਫਟਾਫਟ ਉਸ ਚੂਹੇ ਨੂੰ ਖਾ ਲਿਆ। ਖਾਣਾ ਕੁਝ ਜ਼ਿਆਦਾ ਹੀ ਖਾ ਲਿਆ। ਉਹ ਕਿਲੇ ਵਿੱਚੋਂ ਬੜੀ ਸ਼ਾਨ ਨਾਲ ਬਾਹਰ ਨਿਕਲਿਆ। ਸਭ ਕੁਝ ਉਹਦੇ ਪਲਾਨ ਦੇ ਮੁਤਾਬਿਕ ਹੋ ਰਿਹਾ ਸੀ। ਪੁੱਸ ਆਪਣੇ ਉਸਤਾਦ ਕੋਲ ਗਿਆ। ਅੱਜ ਕੋਈ ਖਰਗੋਸ਼ ਨਹੀਂ ਫੜੇ? ਉਸਤਾਦ, ਚਲੋ ਨਦੀ ਵਿੱਚ ਨਹਾਉਣ ਚੱਲਦੇ ਹਾਂ। ਇਸ ਵੇਲੇ? ਹਾਂਜੀ ਉਸਤਾਦ, ਐਸੀ ਵੇਲੇ, ਮੇਰੇ ਤੇ ਭਰੋਸਾ ਰੱਖੋ। ਮਾਂ ਕਿਸ ਕੁਝ ਸਮਝ ਨਾ ਸਕਿਆ, ਪਰ ਉਸ ਦੇ ਨਾਲ ਨਦੀ ਤੇ ਚਲਾ ਗਿਆ। ਉਹਨੇ ਆਪਣੇ ਕੱਪੜੇ ਉਤਾਰੇ ਤੇ ਨਦੀ ਵਿੱਚ ਨਹਾਉਣ ਚਲਾ ਗਿਆ। ਉਸਨੇ ਛੇਤੀ ਉਹਦੇ ਕੱਪੜੇ ਚੱਕੇ ਤੇ ਇੱਕ ਪੱਥਰ ਥੱਲੇ ਲੁਕਾ ਦਿੱਤੇ। ਨਦੀ ਕੋਲ ਹੀ ਰਸਤੇ ਤੋਂ ਰਾਜਾ ਦੀ ਬੱਗੀ ਗੁਜ਼ਰ ਰਹੀ ਸੀ। ਉਸ ਜਾਣਦਾ ਸੀ ਕਿ ਹਫ਼ਤੇ 'ਚ ਇੱਕ ਵਾਰ ਰਾਜਾ ਦੀ ਬੱਗੀ ਉੱਥੋਂ ਗੁਜ਼ਰਦੀ ਸੀ। ਉਹਨੇ ਬੱਗੀ ਦੇ ਆਪਣੇ ਕੋਲ ਆਉਣ ਦਾ ਇੰਤਜ਼ਾਰ ਕੀਤਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਬਚਾਓ, ਬਚਾਓ! ਬੱਗੀ ਰੁਕ ਗਈ ਤੇ ਰਾਜਾ ਨੇ ਬਾਹਰ ਝਾਂਕ ਕੇ ਪੁੱਛਿਆ, ਪੁੱਸ, ਤੂੰ ਇੱਥੇ ਕੀ ਕਰ ਰਿਹਾ ਹੈ? ਮਹਾਰਾਜ, ਮੇਰੇ ਉਸਤਾਦ ਦੀ ਮਦਦ ਕਰੋ, ਕੈਰਬਾਸ ਦਾ ਮਰਕਜ਼ ਉਹ ਨਦੀ ਵਿੱਚ ਨਹਾ ਰਹੇ ਸੀ ਤੇ ਕੋਈ ਉਹਨਾਂ ਦੇ ਕੱਪੜੇ ਲੈ ਕੇ ਭੱਜ ਗਿਆ। ਬਹੁਤ ਸਰਦੀ ਹੈ ਤੇ ਮੇਰੇ ਉਸਤਾਦ ਬਿਮਾਰ ਹੋ ਸਕਦੇ ਨੇ ਜੇ ਉਹਨਾਂ ਨੂੰ ਕੋਈ ਮਦਦ ਨਾ ਮਿਲੀ। ਸਿਪਾਹੀਓ, ਸਾਡੇ ਸਭ ਤੋਂ ਵਧੀਆ ਕੱਪੜੇ ਲਿਆਓ ਤੇ ਕੈਰਾਬਾਸ ਦੇ ਮਰਕਜ਼ ਨੂੰ ਜਾ ਕੇ ਦਿਓ ਤੇ ਖਿਆਲ ਰਹੇ ਕਿ ਉਹ ਸੁੱਕੇ ਕੱਪੜੇ ਪਾਣ ਤੇ ਉਹਨਾਂ ਨੂੰ ਠੰਡ ਨਾ ਲੱਗੇ। ਸਿਪਾਹੀ ਸ਼ਾਹੀ ਕੱਪੜੇ ਲੈ ਕੇ ਨਦੀ ਕਿਨਾਰੇ ਵੱਲ ਤੁਰ ਪਏ ਤੇ ਛੇਤੀ ਹੀ ਬੂਟ ਵਾਲਾ ਪੁੱਸ ਸਿਪਾਹੀ ਦੇ ਨਾਲ ਤੁਰ ਗਿਆ। ਉਹ ਰਾਜਾ ਦੇ ਕੱਪੜਿਆਂ ਵਿੱਚ ਕਿਸੇ ਰਾਜਕੁਮਾਰ ਵਰਗਾ ਲੱਗ ਰਿਹਾ ਸੀ। ਰਾਜਕੁਮਾਰੀ ਨੇ ਬੱਗੀ ਵਿੱਚੋਂ ਝਾਕ ਕੇ ਵੇਖਿਆ ਤੇ ਮਾਕਿਸ ਨੇ ਵੀ ਰਾਜਕੁਮਾਰੀ ਨੂੰ ਪਹਿਲੀ ਵਾਰ ਵੇਖਿਆ। ਕੈਰਾਬਾਸ ਦਾ ਮਾਰਕੀ ਤਾਂ ਬਹੁਤ ਹੀ ਸੋਹਣਾ ਰਾਜਕੁਮਾਰ ਹੈ। ਰਾਜਕੁਮਾਰੀ, ਇਹ ਤਾਂ ਮੇਰੀ ਸੋਚ ਤੋਂ ਵੀ ਕਿੰਨੀ ਸੋਹਣੀ ਹੈ। ਮਾਕਿਸ ਉਹਨਾਂ ਦੇ ਸਾਹਮਣੇ ਆਇਆ ਤੇ ਰਾਜਾ ਦੇ ਸਾਹਮਣੇ ਸ਼ੀਸ਼ ਨਵਾਇਆ। ਮੈਨੂੰ ਇਹਨੇ ਸੋਹਣੇ ਕੱਪੜੇ ਦੇਣ ਲਈ ਸ਼ੁਕਰੀਆ ਮਹਾਰਾਜ। ਨਹੀਂ, ਤੁਹਾਡਾ ਸ਼ੁਕਰੀਆ, ਇਸ ਬਹਾਨੇ ਸਾਡੀ ਕੈਰਾਬਾਸ ਦੇ ਮਰਕੀਜ਼ ਨਾਲ ਮੁਲਾਕਾਤ ਹੋ ਗਈ। ਰੋਜ਼ ਸਾਨੂੰ ਤੇਰੇ ਤੋਹਫੇ ਪਾ ਕੇ ਖੁਸ਼ੀ ਹੁੰਦੀ ਹੈ। ਤੇਰੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਨੇ, ਪਰ ਪਹਿਲਾਂ ਤੈਨੂੰ ਘਰ ਪਹੁੰਚਾ ਦਿੰਨੇ ਹਾਂ। ਪੁੱਸ, ਜਿਹੜਾ ਇਹ ਸਭ ਕੁਝ ਵੇਖ ਰਿਹਾ ਸੀ, ਅਚਾਨਕ ਰਾਜਾ ਨੂੰ ਕਹਿਣ ਲੱਗਾ, ਮਹਾਰਾਜ, ਜੇ ਤੁਸੀਂ ਮੇਰੇ ਉਸਤਾਦ ਦੇ ਮਹਿਲ ਵਿੱਚ ਆਓਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ। ਠੀਕ ਕਿਹਾ ਨਾ ਉਸਤਾਦ? ਮਾਕਿਸ ਨੇ ਪੁੱਸ ਵੱਲ ਹੈਰਾਨੀ ਨਾਲ ਵੇਖਿਆ। ਮੇਰਾ ਮਹਿਲ? ਪੁੱਸ ਨੇ ਸਿਰ ਹਿਲਾਇਆ, ਪਰ ਮਾਕਿਸ ਸੋਚ ਵਿੱਚ ਪੈ ਗਿਆ। ਪਰ ਉਹਨੇ ਇੱਕ ਵਾਰ ਫੇਰ ਪੁੱਸ ਤੇ ਭਰੋਸਾ ਕਰਨ ਦੀ ਸੋਚੀ। ਹਾਂਜੀ ਮਹਾਰਾਜ, ਮੈਂ ਤੁਹਾਡੇ ਸਾਰਿਆਂ ਦਾ ਮੇਰੇ ਮਹਿਲ ਵਿੱਚ ਸਵਾਗਤ ਕਰਨਾ ਚਾਹੁੰਦਾ। ਆਓ ਚਲੋ। ਤਾਂ ਫਿਰ ਠੀਕ ਹੈ, ਚਲੋ ਚੱਲਦੇ ਹਾਂ। ਮਾਕਿਸ ਬੱਗੀ ਵਿੱਚ ਬਹਿ ਗਿਆ ਤੇ ਪੁੱਸ ਉਹਦੀ ਬੱਗੀ ਦੇ ਅੱਗੇ ਅੱਗੇ ਤੁਰ ਪਿਆ। ਉਹ ਉਸ ਰਸਤੇ ਤੋਂ ਜਾ ਰਹੇ ਸੀ ਜਿਹੜਾ ਰਾਕਸ਼ਸ ਦੇ ਮਹਿਲ ਵੱਲ ਜਾਂਦਾ ਸੀ। ਰਾਕਸ਼ਸ ਦੇ ਕਈ ਕਿਸਾਨ ਖੇਤਾਂ ਵਿੱਚ ਕੰਮ ਕਰ ਰਹੇ ਸੀ। ਪੁੱਸ ਕਿਸਾਨਾਂ ਕੋਲ ਗਿਆ ਤੇ ਉਹਨਾਂ ਨੂੰ ਆਗਾਹ ਕੀਤਾ, ਖਬਰਦਾਰ, ਮਹਾਰਾਜ ਆ ਰਹੇ ਨੇ। ਜੇ ਮਹਾਰਾਜ ਇਹਨਾਂ ਖੇਤਾਂ ਬਾਰੇ ਪੁੱਛਣ ਤਾਂ ਕਹਿਣਾ ਕਿ ਇਹ ਖੇਤ ਕੈਰਾਬਾਸ ਦੇ ਮਾਰਕੀਜ਼ ਦੇ ਨੇ। ਜੇ ਤੁਸੀਂ ਇਹ ਨਹੀਂ ਕਿਹਾ ਤਾਂ ਮਹਾਰਾਜ ਤੁਹਾਨੂੰ ਸਜ਼ਾ ਦੇਣਗੇ। ਕਿਸਾਨ ਡਰ ਗਏ ਤੇ ਉਹਨਾਂ ਨੇ ਹਾਂ ਵਿੱਚ ਆਪਣਾ ਸਿਰ ਹਿਲਾਇਆ। ਛੇਤੀ ਹੀ ਉਸ ਜਗ੍ਹਾ ਰਾਜਾ ਦੀ ਬੱਗੀ ਪਹੁੰਚ ਗਈ। ਰਾਜਾ ਨੇ ਕਿਸਾਨਾਂ ਨੂੰ ਕੰਮ ਕਰਦੇ ਵੇਖਿਆ ਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ। ਦੱਸੋ, ਇਸ ਜ਼ਮੀਨ ਦਾ ਮਾਲਕ ਕੌਣ ਹੈ? ਤੁਸੀਂ ਕਿਹਦੇ ਲਈ ਕੰਮ ਕਰਦੇ ਹੋ? ਕੈਰਾਬਾਸ ਦੇ ਮਾਰਕੀਜ਼ ਲਈ ਮਹਾਰਾਜ।
ਰਾਜਾ ਤੇ ਉਹਨਾਂ ਦਾ ਪਰਿਵਾਰ ਇਹ ਸੁਣ ਕੇ ਖੁਸ਼ ਹੋ ਗਿਆ। ਕੈਰਾਬਾਸ ਦੇ ਮਾਲਕ, ਤੇਰੀ ਜ਼ਮੀਨ ਬਹੁਤ ਵਧੀਆ ਹੈ। ਸ਼ੁਕਰੀਆ ਮਹਾਰਾਜ। ਜਿੱਦਾਂ ਹੀ ਬੱਗੀ ਰਾਕਸ਼ਸ ਦੇ ਮਹਿਲ ਕੋਲ ਪਹੁੰਚੀ, ਪੁੱਸ ਉਹਨਾਂ ਦਾ ਸਵਾਗਤ ਕਰਨ ਲਈ ਉੱਥੇ ਮੌਜੂਦ ਸੀ। ਉਹਨੇ ਸਾਰੇ ਇੰਤਜ਼ਾਮ ਕੀਤੇ ਹੋਏ ਸੀ। ਰਾਜਾ ਉਹਨਾਂ ਦੇ ਪਰਿਵਾਰ ਤੇ ਮਾਕਿਸ ਬੱਗੀ ਤੋਂ ਥੱਲੇ ਉਤਰੇ ਤੇ ਮਹਿਲ ਵੇਖ ਕੇ ਖੁਸ਼ ਹੋ ਗਏ। ਵਾਹ, ਕਿੰਨਾ ਸ਼ਾਨਦਾਰ ਮਹਿਲ ਹੈ। ਕੋਈ ਸ਼ੱਕ ਨਹੀਂ, ਮਾਕਿਸ ਛੇਤੀ ਸਮਝ ਗਿਆ ਕਿ ਇਹ ਉਹਦਾ ਹੀ ਮਹਿਲ ਹੈ। ਮਹਾਰਾਜ, ਮੇਰੇ ਕੈਰਾਬਾਸ ਦੇ ਮਹਿਲ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਮਹਿਲ ਵਿੱਚ ਆ ਕੇ ਮੇਰੇ ਨਾਲ ਖਾਣਾ ਖਾਓ। ਉਸ ਦਿਨ ਮਾਕਿਸ ਤੇ ਬੂਟ ਵਾਲੇ ਪੁੱਸ ਨੇ ਸ਼ਾਹੀ ਪਰਿਵਾਰ ਨੂੰ ਇੱਕ ਵੱਡੇ ਜਿਹੇ ਮੇਜ਼ ਤੇ ਇੱਕ ਸ਼ਾਨਦਾਰ ਦਾਵਤ ਦਿੱਤੀ। ਪੁੱਸ ਕੋਲ ਖਾਣਾ ਪਰੋਸਣ ਵਾਲੇ ਉੱਚੇ ਲੰਬੇ ਆਦਮੀ ਸੀ, ਜਿਹੜੇ ਉਹਨਾਂ ਸਾਰਿਆਂ ਨੂੰ ਰੋਟੀ ਖਵਾ ਰਹੇ ਸੀ। ਮਾਕਿਸ ਤੇ ਰਾਜਕੁਮਾਰੀ ਇੱਕ ਦੂਜੇ ਵੱਲ ਵੇਖਦੇ ਰਹੇ ਤੇ ਰਾਜਾ ਤੇ ਰਾਣੀ ਵੀ। ਉਹ ਇਹ ਸਮਝ ਗਏ ਸੀ ਕਿ ਉਹਨਾਂ ਨੇ ਆਪਣੀ ਬੇਟੀ ਲਈ ਇੱਕ ਬਿਹਤਰੀਨ ਮੁੰਡਾ ਲੱਭ ਲਿਆ। ਰਾਜਾ ਨੇ ਮਾਕਿਸ ਨਾਲ ਗੱਲ ਕੀਤੀ ਤੇ ਉਹ ਕਿਹਾ ਜੋ ਮਾਕਿਸ ਨੇ ਕਦੀ ਨਹੀਂ ਸੋਚਿਆ ਸੀ। ਮਾਕਿਸ ਜੀ, ਮੈਂ ਰਾਜਾ ਨਹੀਂ ਬਲਕਿ ਇੱਕ ਪਿਓ ਹੋਣ ਦੇ ਨਾਤੇ ਪੁੱਛਦਾ, ਕੀ ਤੁਸੀਂ ਮੇਰੀ ਬੇਟੀ ਨਾਲ ਵਿਆਹ ਕਰੋਗੇ? ਮਹਾਰਾਜ, ਇਹ ਤਾਂ ਮੇਰੇ ਲਈ ਬੇਹੱਦ ਖੁਸ਼ੀ ਤੇ ਮਾਣ ਦੀ ਗੱਲ ਹੋਵੇਗੀ। ਛੇਤੀ ਮਾਕਿਸ ਤੇ ਰਾਜਕੁਮਾਰੀ ਦਾ ਵਿਆਹ ਹੋ ਗਿਆ ਤੇ ਮਿਲ ਵਾਲੇ ਦਾ ਪੁੱਤਰ ਇੱਕ ਰਾਜਕੁਮਾਰ ਬਣ ਗਿਆ। ਮਾਕਿਸ ਨੇ ਆਪਣੇ ਪਿਓ ਨੂੰ ਬਿੱਲੀ ਦੇਣ ਲਈ ਸ਼ੁਕਰੀਆ ਅਦਾ ਕੀਤਾ। ਬੂਟ ਵਾਲੇ ਪੁੱਸ ਨੂੰ ਫਿਰ ਕਦੀ ਖਰਗੋਸ਼ ਦਾ ਸ਼ਿਕਾਰ ਨਹੀਂ ਕਰਨਾ ਪਿਆ। ਉਹ ਰਾਜਕੁਮਾਰੀ ਤੇ ਰਾਜਕੁਮਾਰ ਨਾਲ ਰਹਿਣ ਲੱਗਾ ਤੇ ਮਹਿਲ ਦੀ ਜ਼ਿੰਦਗੀ ਦੇ ਮਜ਼ੇ ਲੈਣ ਲੱਗਾ।